ਕਿਹਦੇ ਕਲਾਮ ਦਿੱਤਾ ਭਾਈ? ਬਸ ਨਾਇਆ ਕਲਾਮ ਆਦਮੀ ਜ਼ਾਇਆ ਕਰਾਂ ਦੀ ਮਿਸ਼ਤਾਕ ਦੱਸ ਫਿਰ ਕੀ ਕਰੀਏ ਹੈਂ ਯਾਨੀ ਕਿਸ ਤਰ੍ਹਾਂ ਪਾਲੀਏ ਹੈਂ ਤੇ ਮੈਂ ਕਿੰਨੀ ਸੈਲਰੀ ਦੇ ਆਉਂਦੀ ਹੈ ਕੁਝ 60-65 ਹਜ਼ਾਰ ਕਿੰਨੀ ਸੈਲਰੀ ਹੈ 65 ਹਜ਼ਾਰ ਸੈਲਰੀ ਹੈ ਮੈਂ ਸੱਚੀ ਗੱਲ ਦੱਸਣੀ ਝੂਠ ਨਹੀਂ ਬੋਲਣਾ ਮੈਂ ਬੀਜ ਕਿੰਨਾ ਬੋਂਦੇ ਹੋ ਬੀਜ ਕਿੰਨਾ ਬੋਂਦੇ ਹੋ ਹੈਂ ਹਾਂਜੀ ਬੀਜ ਤੇ ਕੋਈ ਨਹੀਂ ਅਸੀਂ ਬੋਂਦੇ ਆ ਬੀਜ ਫਿਰ ਮੈਂ ਸਵਾਲ ਕੀਤਾ ਮੈਂ ਦਹਿਜ ਕੀ ਦਿੰਦੇ ਹੋ ਹੈਂ ਇਹ ਉਹ ਵੀ ਨਹੀਂ ਦਿੰਦੇ ਤੇ ਮੈਂ ਤਾਂ ਫਿਰ ਲਾਉਣੀ ਚੁੱਕਣਾ ਹੋਰ ਕੀ ਕਰਨਾ ਗਿਆ ਜੋ ਹੋਵੇ ਨਾ ਘਰ ਨੂੰ ਬਣਾਏ ਤੇ ਉਹ ਭਾਈ ਕਾਲ ਪਿਆ ਹੋਇਆ ਉਹਦੇ ਕੋਲ ਵੀ ਕੁਝ ਨਹੀਂ ਆ ਫਿਰ ਵੀ ਉਹ ਖੁਦਾ ਦੇ ਦੂਰ ਬੀਜ ਬੋਣ ਡਈ ਹੈ ਇਹ ਬੀਜ ਨੇ ਤੈਨੂੰ ਸਰਫਰਾਜ਼ ਕਰਨਾ ਕਿਹਨੇ ਸਰਫਰਾਜ਼ ਕਰਨਾ ਭਾਈ ਉਹ ਭਾਈ ਕੈਸੇ ਵੀ ਕਿਉਂ ਨਾ ਹਾਲਾਤ ਹੋਣ ਖੁਦਾ ਦਾ ਬੀਜ ਨਹੀਂ ਖਾਣਾ ਭਾਵੇਂ ਜੋ ਮਰਜ਼ੀ ਹੋਵੇ ਭੁੱਖੇ ਵੀ ਰਹੀਏ ਖੁਦਾ ਦਾ ਬੀਜ ਨਹੀਂ ਖਾਣਾ ਫਿਰ ਖੁਦਾ ਕਹਿੰਦਾ ਮੈਂ ਤੇਰੇ ਲਈ ਮਿਰਕਤ ਕਰਾਂਗਾ ਫਿਰ ਖੁਦਾ ਕਹਿੰਦਾ ਮੈਂ 5 ਰੋਟੀਆਂ 2 ਮੱਛੀਆਂ ਦੀ ਬਰਕਤ ਦਾਂਗਾ ਫਿਰ ਖੁਦਾ ਕਹਿੰਦਾ ਤੇਰਾ ਮਟਕਾ ਨਹੀਂ ਖਾ ਲੀਏਗਾ ਫਿਰ ਖੁਦਾ ਕਹਿੰਦਾ ਤੇਰੀ 10 ਹਜ਼ਾਰ ਤੇਰੇ ਕੋਲ 10 ਹਜ਼ਾਰ ਰੁਪਇਆ ਵੀ ਨਹੀਂ ਖਤਮ ਹੋਏਗਾ ਤੇ ਤੂੰ 80 ਹਜ਼ਾਰ ਵੀ ਕਮਾਏ ਲੱਖ ਵੀ ਕਮਾਏ ਖੁਦਾ ਕਹਿੰਦਾ ਉਹਨਾਂ ਨੂੰ ਮੈਂ ਹਵਾ ਬਣਾ ਕੇ ਡਾ ਕੇ ਲੈ ਜਾਣਾ ਇਹ ਬੜੀ ਖਾਸ ਗੱਲ ਹੈ ਕੀ ਬੋ ਭਾਈ ਕੀ ਬੋ ਭਾਈ ਮੈਂ ਫਿਰ ਦੱਸਿਆ ਮੈਂ ਨਾ ਤੁਸੀਂ ਦਹਿਜ ਕੀ ਕੱਢਦੇ ਹੋ ਨਾ ਤੁਸੀਂ ਬੀਜ ਮੰਗਦੇ ਹੋ ਤੇ ਦੱਸੋ ਬਰਕਤ ਕਿੰਨੀ ਆ ਦਹਿਜ ਕੀ ਤਾਂ ਅੱਗੇ ਖੁਦਾ ਦੀ ਹੈ ਉਹ ਤੇ ਭਾਵੇਂ ਤੁਸੀਂ ਆਪ ਕੇ ਮੀਂਹ ਕਰੋ ਤੇ ਭਾਵੇਂ ਉਹ ਤੁਹਾਨੂੰ ਦੇਣੀ ਪੈਣੀ ਜੇ ਨਾ ਦੇਵਾਂਗੇ ਤੇ ਮੁਜਰਮ ਉਹ ਮੁਜਰਮ ਬੰਦਾ ਤੇ ਬੀਜ ਦੀ ਤੁਹਾਡੀ ਬਰਕਤ ਹੈ ਬੀਜ ਦੀ ਤੁਹਾਡੀ ਕੀ ਹੈ ਬਰਕਤ ਲੈਣੀ ਹੈ ਕਿ ਨਹੀਂ ਲੈਣੀ ਹੈ ਬਰਕਤ ਲੈਣੀ ਹੈ ਕਿ ਨਹੀਂ ਲੈਣੀ ਹੈ ਲੈਣੀ ਹੈ ਕਿ ਨਹੀਂ ਲੈਣੀ ਹੈ ਹਾਂ ਉਹ ਭਾਵੇਂ ਕਮਾਈਏ ਭਾਵੇਂ ਨਾ ਕਮਾਈਏ ਮੈਂ ਕਹਿੰਦਾ 10 ਰੁਪਈਆਂ 'ਚ ਵੀ ਰੁਪਈਆ ਕੱਢੋ ਹਾਂ ਭਾਵੇਂ ਜੋ ਵਿਆਹ ਕੋ ਕਿੰਨੇ ਸਨ ਜਿਹੜੀ ਉੱਥੇ ਬੈਠੀ ਸੀ ਆ ਕਿੰਨੀਆਂ ਦਮੜੀਆਂ ਹਨ ਕਿੰਨੀਆਂ ਹਨ ਤੇ ਯਿਸੂ ਮਸੀਹ ਨੇ ਕਿੰਨੀ ਤਾਰੀਫ ਕੀਤੀ ਜਿਹੜੇ 100-100 ਭਾਗ ਜਾਂਦੇ ਹਨ ਜਾਂ 1000-1000 ਕਿਉਂਕਿ ਹੈ ਉਹਦੇ ਕੋਲ ਕਿੰਨੇ ਹਨ ਉਹਦੇ ਕੋਲ ਹੈ ਹੀ ਆ ਨਾ ਜਾਣੇ ਉਹਨੇ ਭੁੱਖ ਰੱਖ ਰੱਖ ਕੇ ਉਹ 2 ਰੁਪਈਏ ਕਮਾਏ ਹੋਣ ਮੈਂ ਕਹਿੰਦਾ ਉਹਦੇ 2 ਰੁਪਈਏ ਸਮਾਨ ਤੇ 2 ਅਰਬ ਰੁਪਏ ਤਰੱਕੀ ਕਰਨੀ ਤਰੱਕੀ ਖੁਦਾ ਦਾ ਕਲਾਮ ਕਿੰਨੇ ਲਿਖੇ ਜਾ ਪੜ੍ਹੇ ਲਿਖੇ ਨੇ ਆਪਣੇ ਬੱਚਿਆਂ ਨੂੰ ਕਲਾਮ ਪੜ੍ਹਾਉਂਦੇ ਜਿਨ੍ਹਾਂ ਤੱਕ ਬਾਈਬਲ ਨਾ ਪੜ੍ਹੀ ਸਕੂਨ ਹੀ ਨਹੀਂ ਮਿਲਦਾ ਪਾਠ ਸਾਹਿਬ ਸਕੂਨ ਨਹੀਂ ਮਿਲਦਾ ਜਿਨ੍ਹਾਂ ਤੱਕ ਕਲਾਮ ਨਾ ਪੜ੍ਹ ਲਈਏ ਸੁਨਾਹ ਨਾ ਲਈ ਹੈ ਮੇਰੇ ਬੱਚੇ ਘਰ ਬਾਈਬਲ ਨਾ ਪੜ੍ਹਨ ਮੈਂ ਦੁਆਲੇ ਹੋ ਜਾਣਾ ਉਹਨਾਂ ਦਾ ਨਾ ਰੋਟੀ ਛੱਡੋ ਪਹਿਲਾਂ ਬਾਈਬਲ ਪੜ੍ਹੋ ਚਲੋ ਪਿਛਲੇ ਦਿਨ ਮੇਰੀ ਬਾਈਬਲ ਨਾ ਅੱਖਾਂ ਦੀ ਖਾਰਸ਼ ਸ਼ੁਰੂ ਹੋ ਗਈ ਆ ਹਾਂ ਅੱਜ ਮੈਨੂੰ ਡਾਕਟਰ ਚੈੱਕ ਕਰਾ ਤੇ 3-4 ਦਿਨ ਖਾਰਸ਼ ਨਹੀਂ ਰਹੀ ਮੈਂ ਦੁਆ ਕੀ ਮੈਂ ਗੱਲ ਕੀ ਹੈ ਰਾਣੀ ਦਾ ਬਾਈਬਲ ਕੋ ਨਹੀਂ ਪੜ੍ਹੀ ਡਰਾਮੇ ਦੇਖਣੇ ਸ਼ੁਰੂ ਕਰ ਦਿੱਤੇ ਕੀ ਵੇਖੀ ਸ਼ੁਰੂ ਕਰ ਦਿਓ ਮੈਂ ਵੀ ਗੱਲ ਇਹ ਮੈਂ ਦਵਾਈ ਆ ਹੰਗਾ ਤੇ ਮੇਰਾ ਬੰਦ ਹੈ ਪਰ ਮੈਂ ਵੀ ਦਵਾਈ ਨਹੀਂ ਰੱਖਾਂ ਨਹੀਂ ਠੀਕ ਹੋਣੀ ਆ ਬਾਈਬਲ ਪੜ੍ਹਨੀ ਸ਼ੁਰੂ ਕਰ ਦੇ ਤੇ ਡਰਾਮੇ ਛੱਡ ਦੇ ਨਹੀਂ ਠੀਕ ਹੋਣੀ ਲੋ ਜੀ ਜੀ ਹੋਇਆ ਹੈ ਹੈ ਉਹਨੇ 2 ਦਿਨ ਤੋਂ ਬਾਈਬਲ ਪੜ੍ਹਨੀ ਸ਼ੁਰੂ ਕੀਤੀ ਜਿਹੜੀ ਰੁਟੀਨ ਸੀ ਉਹਦੀ ਆ